ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਸਿਰ ਚੜੇ ਕਰਜ਼ੇ ਨੂੰ ਲੈ ਕੇ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਏ। ਉਨ੍ਹਾਂ ਕਿਹਾ ਹੈ ਕਿ ਬਾਦਲਾਂ ਦੀਆਂ ਗਲਤ ਨੀਤੀਆਂ ਦੇ ਕਾਰਨ ਪੰਜਾਬ ਸਿਰ ਚੜੇ ਕਰਜ਼ੇ ਦੀ ਪੰਡ ਦਿਨੋ ਦਿਨ ਭਾਰੀ ਹੁੰਦੀ ਜਾ ਰਹੀ ਹੈ। ਉਨ੍ਹਾਂ ਗੰਨਾ ਕਿਸਾਨਾਂ ਦੇ ਬਕਾਏ ਨਾ ਮੋੜਨ ਪਿੱਛੇ ਵੀ ਬਾਦਲ ਸਰਕਾਰ ਦੀਆਂ ਨੀਤੀਆਂ ਨੂੰ ਹੀ ਜ਼ਿੰਮੇਵਾਰ ਦੱਸਿਆ। ਛੱਡ ਕੇ ਗਏ ਹੈ ਇਕੱਲੇ ਗੰਨੇ ਦੇ ਕਿਸਾਨਾਂ 'ਤੇ ਨਹੀਂ, ਪੰਜਾਬ ਦੇ ਉੱਤੇ ਜਿਹੜਾ 2.5 ਲੱਖ ਕਰੋੜ ਦਾ ਕਰਜ਼ਾ ਛੱਡ ਕੇ ਗਏ ਹੈ ਉਹਦੇ ਵਿੱਚ ਆਹ ਦੇਣ ਜਿਹੜੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹੈ, ਕਿਉਂਕਿ ਜਿਹੜਾ 2007 ਦੇ ਅੰਦਰ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਸੱਤਾ ਛੱਡੀ ਸੀਗੀ ਉਸ ਸਮੇਂ ਪੰਜਾਬ ਦੇ ਉੱਤੇ ਕਰੀਬਨ 40-41 ਹਜ਼ਾਰ ਕਰੋੜ ਰੁਪਇਆ ਕਰਜ਼ਾ ਸੀਗਾ। 2.25 ਲੱਖ ਕਰੋੜ ਦਾ ਕਰਜ਼ਾ ਸੁਖਬੀਰ ਬਾਦਲ ਦੀ ਦੇਣ ਹੈ ਅਤੇ ਉੱਥੇ ਗੰਨਾ ਕਿਸਾਨਾਂ ਦੇ ਉੱਤੇ ਜਿਹੜਾ ਕਰਜ਼ਾ ਛੱਡ ਕੇ ਗਏ ਉਹ ਵੀ ਸੁਖਬੀਰ ਬਾਦਲ ਜੀ ਦੀ ਉਸ ਗਲਤ ਨੀਤੀਆਂ ਦਾ ਸੋਚ ਹੈ।